2 ਕਿਨੇਡੀਆਂ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੜੇ ਹਾਂ ਲੁਧਿਆਣੇ ਹੁੰਜਨ ਹਸਪੀਟਲ ਦੇ ਬਿਲਕੁਲ ਸਾਹਮਣੇ ਮੈਂ ਬਿਲਕੁਲ ਠੀਕ ਆ ਇੱਥੇ ਆਉਣ ਦਾ ਜਿਹੜਾ ਮੇਨ ਮਕਸਦ ਹੈਗਾ ਜੀ ਡਾਕਟਰ ਤਰਲੋਚਨ ਸਿੰਘ ਨੂੰ ਮਿਲਣਾ ਜਿਨ੍ਹਾਂ ਦਾ ਮਤਲਬ ਮਨੋਵਿਗਿਆਨੀ ਦੀ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੋਈ ਆ ਕਿਉਂਕਿ ਅਕਸਰ ਸਾਡੇ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਦਿਮਾਗੀ ਰੋਗ ਜਾਇ ਇਸ ਤਰ੍ਹਾਂ ਦਾ ਰੋਗ ਹੁੰਦਾ ਤਾਂ ਉਹਨੂੰ ਅੰਧਵਿਸ਼ਵਾਸ ਨਾਲ ਜੋੜ ਦਿੱਤਾ ਜਾਂਦਾ ਕਿਸੇ ਨੂੰ ਕਸਰ ਹੋ ਗਈ ਕਿਸੇ ਨੂੰ ਕੁਝ ਹੋ ਗਿਆ ਜਦ ਕਿ ਉਹ ਇੱਕ ਰੋਗ ਹੁੰਦੇ ਨੇ ਨਾ ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਬਾਕੀ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਜਾਂ ਆਪਾਂ ਗੱਲਬਾਤ ਕੀਤੀ ਹੈ ਸਟੂਡੈਂਟ ਬਹੁਤ ਸੁਸਾਇਸਾਈਡ ਕੀਤੇ ਹਨ ਖਾਸ ਕਰਕੇ ਡਿਪਰੈਸ਼ਨ ਬਹੁਤ ਆਉਂਦਾ ਉੱਥੇ ਜਾ ਕੇ ਬੱਚਿਆਂ ਨੂੰ ਲੋਨਲੀ ਲੈਸ ਬਹੁਤ ਜ਼ਿਆਦਾ ਆ ਜਾਂਦੀ ਹੈ ਡਾਕਟਰ ਸਾਹਿਬ ਨਾਲ ਉਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਡਿਪਰੈਸ਼ਨ ਦਾ ਕਾਰਨ ਕਿਵੇਂ ਨਜਿੱਠਾ ਜਾਵੇ ਕੱਲਾ ਬੱਚਾ ਜਾਂਦਾ ਸਟੂਡੈਂਟ ਉਹਦੇ ਬਾਰੇ ਤੇ ਬਾਕੀ ਹੋਰ ਜਿਹੜੀਆਂ ਮਨੋ ਆਪਣੇ ਰੋਗ ਹੈਗੇ ਨੇ ਉਦਾਸੀ ਰੋਗ ਜਾਂ ਹੋਰ ਉਹਨਾਂ ਬਾਰੇ ਸਾਰੀ ਗੱਲਬਾਤ ਕਰਾਂਗੇ ਡਾਕਟਰ ਤਰਲੋਚਨ ਜੀ ਨਾਲ ਆਜੋ ਆਪਾਂ ਅੰਦਰ ਚੱਲਦੇ ਉਹਨਾਂ ਨਾਲ ਗੱਲਬਾ ਸੋ ਲਓ ਜੀ ਡਾਕਟਰ ਤਰਲੋਚਨ ਸਿੰਘ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜਿਹੜਾ ਤੋਂ ਪੁੱਛਾਂਗੇ ਆਪਾਂ ਸਾਰੇ ਕਿਉਂਕਿ ਪਿਛਲੇ ਦਿਨੀ ਨਾ ਜਾਦਾ ਸੁਸਾਈਡ ਬਹੁਤ ਜਿਆਦਾ ਹੋ ਰਹੇ ਨੇ ਸਟੂਡੈਂਟ ਦੇ ਬਹੁਤ ਜਿਆਦਾ ਡਾਕਟਰ ਸਾਹਿਬ ਪਹਿਲਾਂ ਤਾਂ ਮੇਨ ਗੱਲ ਇਹ ਹੀ ਹੈ ਵੀ ਜਦੋਂ ਉਹ ਸਟੂਡੈਂਟ ਜਾਂਦਾ ਉਹ ਕੱਲਾ ਰਹਿ ਜਾਂਦਾ ਹਨ ਮੇਨ ਕਾਰਨ ਕੀ ਨੇ ਜਿਹੜਾ ਬੱਚਾ ਸੁਸਾਈਡ ਕਰਦਾ ਕੱਲਾ ਰਹਿਣਾ ਡਿਪਰੈਸ਼ਨ ਕੀ ਕਾਰਨ ਹੈ ਮੇਰਾ ਦੇਖੋ ਜਿਹੜਾ ਸੁਸਾਈਡ ਤੁਸੀਂ ਸ਼ਬਦ ਯੂਜ਼ ਕਰ ਰਹੇ ਸੁਸਾਈਡ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਪਹਿਲਾ ਜਿਵੇਂ ਤੁਸੀਂ ਦੱਸਿਆ ਮਾਨਸਿਕ ਗਰੋਹ ਕਰ ਰਹੇ ਨੇ ਜਿਹਨਾਂ ਦੇ ਡਿਪਰੈਸ਼ਨ ਦੇ ਕਾਰਨ ਲੋਨਲੀਨੈਸ ਦੇ ਕਾਰਨ ਪਲੱਸ ਕੁਝ ਦੇ ਕਾਰਨ ਫਾਈਨੈਂਸ਼ੀਅਲ ਕਾਰਨ ਨੇ ਜਿਵੇਂ ਫਾਰਮਰ ਸੁਸਾਈਸਾਈਡ ਆਪਸ ਨੂੰ ਨੇ ਕਿ ਕਿਸਾਨ ਸੁਸਾਈਡ ਕਰਦੇ ਨੇ ਕੁਝ ਸਮਾਜਿਕ ਕਾਰਨ ਵੀ ਹੋ ਸਕਦੇ ਨੇ ਮਤਲਬ ਸੁਸਾਈਡ ਬਹੁਤ ਸਾਰੇ ਕਾਰਨਾਂ ਕਰਕੇ ਹੁੰਦਾ ਪਰ ਜੇ ਆਪਾਂ ਯੰਗ ਲੋਕਾਂ ਦੀ ਗੱਲ ਕਰੀਏ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਰੀਜ਼ਨ ਹੈ ਜਿਹੜਾ ਉਹ ਮਾਨਸਿਕ ਸਿਹਤ ਹੀ ਆ ਜਦੋਂ ਮਾਨਸਿਕ ਸਿਹਤ ਬੰਦ ਬੰਦਾ ਨਹੀਂ ਰਹਿੰਦਾ ਮਾਨਸਿਕ ਤੌਰ ਤੇ ਬਹੁਤ ਸਾਰੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਕਿ ਡਿਪਰੈਸ਼ਨ ਤੁਸੀਂ ਕਿਹਾ ਡਿਪਰੈਸ਼ਨ ਇਕੱਲਾਪਨ ਪਰੇਸ਼ਾਨੀ ਤਾਂ ਬੰਦੇ ਨੂੰ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਹੁਣ ਉਹਦੇ ਕੋਲ ਕੋਈ ਆਪਸ਼ਨ ਨਹੀਂ ਰਹੀ ਹੁਣ ਉਸ ਤੋਂ ਲੱਗਦਾ ਉਹ ਗਿਵ ਅਪ ਕਰਨ ਬਾਰੇ ਸੋਚਦਾ ਠੀਕ ਹੈ ਜੀ ਹਾਂ ਤੇ ਡਾਕਟਰ ਸਾਹਿਬ ਆਉਣ ਦੇ ਕਾਰਨ ਕੀ ਨੇ ਡਿਪਰੈਸ਼ਨ ਆਉਣ ਦੇ ਕਾਰਨ ਬੰਦਾ ਟੈਨਸ਼ਨ ਵਧੂਦੀ ਲੈਂਦਾ ਜਾਂ ਅੱਜ ਕੱਲ੍ਹ ਜਾਂ ਮੇਨ ਤਾਂ ਚਲੋ ਬਾਹਰਲੇ ਮੁਲਕਾਂ 'ਚ ਤਾਂ ਕਹਿ ਸਕਦੇ ਆਂ ਵੀ ਆਪਾਂ ਬੰਦਾ ਕੱਲਾ ਰਹਿ ਗਿਆ ਹਾਂ ਇੱਥੇ ਪੰਜਾਬ 'ਚ ਡਿਪਰੈਸ਼ਨ ਹੋਣ ਦੇ ਮੇਨ ਕਾਰਨ ਕੀ ਨੇ ਅ ਡਿਪਰੈਸ਼ਨ ਦੇ ਜਿਹੜੇ ਮੇਨ ਕਾਰਨ ਤਿੰਨ ਕਾਰਨ ਮੈਂ ਕਹੂੰਗਾ ਸਭ ਤੋਂ ਪਹਿਲਾਂ ਇਹ ਤਿੰਨਾ ਕਾਰਨ ਦੀ ਕਾਰਨਾਂ ਦੀ ਇੱਕ ਟਿੱਕੜੀ ਜਦੋਂ ਬਣ ਜਾਂਦੀ ਹੈ ਫਿਰ ਉਸ ਨੂੰ ਡਿਪਰੈਸ਼ਨ ਕਹਿੰਦੇ ਆ ਪਹਿਲਾ ਕਾਰਨ ਹੈਗਾ ਹੋਪਲੈਸਨੈਸ ਜਦੋਂ ਬੰਦੇ ਨੂੰ ਬੇਆਸ ਹੋ ਜਾਂਦੀ ਹੈ ਦੂਜਾ ਕਾਰਨ ਇਹਦਾ ਹੈਗਾ ਹੈਲਪਲੈਸਨੈਸ ਜਦੋਂ ਬੰਦਾ ਬੇਵਸ ਫੀਲ ਕਰੇ ਤੇ ਤੀਸਰਾ ਕਾਰਨ ਹੈਗਾ ਵਰਥਲੈਸਨੈਸ ਜਦੋਂ ਬੰਦਾ ਆਪਣੇ ਆਪ ਨੂੰ ਨਕਾਰਾ ਔਰ ਬੇਕਾਰ ਸਮਝਣ ਲੱਗ ਜਾਏ ਮਤਲਬ ਬੇਵਸੀ ਹੋ ਜਾਏ ਤੇ بے ਆਸ ਹੋ ਜੇ ਔਰ ਖੁਦ ਨੂੰ ਵੀ ਹੋ ਇਨਕੇਪेबल ਔਰ ਨਕਾਰਾ ਸਮਝੇ ਜਦੋਂ ਤਿੰਨੇ ਕਾਰਨ ਇਕੱਠੇ ਆ ਜਾਂਦੇ ਨੇ ਤਾਂ ਉਹ ਇੱਕ ਪੂਰੀ ਫੁੱਲ ਫਲੈਜਡ ਡਿਪਰੈਸ਼ਨ ਦੀ ਸਥਿਤੀ ਬਣ ਜਾਂਦੀ ਹੈ ਬਿਲਕੁਲ ਜੀ ਹੁਣ ਡਾਕਟਰ ਸਾਹਿਬ ਇਹਦਾ ਇਲਾਜ ਕੀ ਹੋ ਸਕਦਾ ਦੇਖੋ ਇਹਦੇ ਬਹੁਤ ਸਾਰੇ professionl ਇਲਾਜ ਨੇ ਸਭ ਤੋਂ ਪਹਿਲਾਂ ਤਾਂ ਮੈਡੀਕਲ ਸਾਇੰਸਿਸ ਦੇ ਵਿੱਚ ਦੋ ਤਰੀਕੇ ਨਾਲ ਇਹਦਾ ਇਲਾਜ ਹੁੰਦਾ ਇੱਕ ਦਵਾਈਆਂ ਤੇ ਪਲੱਸ ਕਾਉਂਸਲਿੰਗ ਦਵਾਈਆਂ ਉਸ ਸਮੇਂ ਦਿੱਤੀਆਂ ਜਾਂਦੀਆਂ ਨੇ ਜਦੋਂ ਅਸੀਂ ਬਹੁਤ ਲੇਟ ਹੋ ਜਾਂਦੇ ਆ professionl ਸਲਾਹ ਲੈਣ ਤੋਂ ਪਰ ਜੇ ਅਸੀਂ ਬਹੁਤ ਮੁਢਲੇ ਸਮੇਂ ਤੇ ਇਹਦੀ ਪਹਿਚਾਨ ਕਰ ਲਈਏ ਜਿਵੇਂ ਕਿ ਪਹਿਚਾਨ ਦੇ ਚਿੰਨ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਬੰਦਾ ਕੋਈ ਉਦਾਸ ਰਹਿਣਾ ਸ਼ੁਰੂ ਕਰ ਦੇ, ਬਾਕੀ ਲੋਕਾਂ ਨਾਲੋਂ ਕਟਿਆ-ਕਟਿਆ ਰਹਿਣਾ ਸ਼ੁਰੂ ਕਰ ਦੇ, ਕਿਸੇ ਚੀਜ਼ ਚ ਰੁਚੀ ਨਾ ਹੋਵੇ, ਜਿਹੜੀਆਂ ਚੀਜ਼ਾਂ ਨੂੰ ਉਹ ਪਹਿਲਾਂ ਇੰਜੋਏ ਕਰਦਾ ਸੀ ਉਹਨਾਂ ਨੂੰ ਇੰਜੋਏ ਨਾ ਕਰ ਸਕੇ, ਕਿਸੇ ਨਾਲ ਗੱਲ ਨਾ ਕਰੇ, ਭੁੱਖ ਦੇ ਵਿੱਚ ਫਰਕ ਪੈ ਜੇ, ਸੌਣ ਦੇ ਵਿੱਚ ਫਰਕ ਪੈ ਜੇ, ਉਹਦੀ ਰੁਟੀਨ ਵਿਗੜ ਜੇ, ਇਹ ਇੱਕ ਸ਼ੁਰੂਆਤੀ ਚਿੰਨ ਨੇ ਜੇ ਤੁਸੀਂ ਆਪਣੇ ਆਪ 'ਚ, ਆਪਣੇ ਦੋਸਤਾਂ-ਮਿੱਤਰਾਂ 'ਚ, ਆਪਣੇ ਰਿਸ਼ਤੇਦਾਰਾਂ 'ਚ ਇਹ ਜਿਹੇ ਚਿੰਨ ਇਤੇ ਦੇਖਦੇ ਹੋ ਤਾਂ ਇਮੀਡੀਏਟਲੀ ਉਸ ਦੇ ਨਾਲ ਗੱਲ ਕਰੋ ਉਸ ਨੂੰ ਮਾਹਿਰ ਦੀ ਸਲਾਹ ਲੈਣ ਲਈ ਪ੍ਰੇਰਿਤ ਕਰੋ ਕਿਉਂਕਿ ਜੇ ਅਸੀਂ ਲੇਟ ਹੋ ਜਾਗੇ ਫਿਰ ਦੂਸਰਾ ਕਾਰਨ ਦੂਸਰਾ ਹੱਲ ਸਿਰਫ ਦਵਾਈਆਂ ਨੇ ਔਰ ਦਵਾਈਆਂ ਇੱਕ ਵਾਰ ਸ਼ੁਰੂ ਹੋ ਗਈਆਂ ਫਿਰ ਕਾਫੀ ਲੰਬਾ ਸਮਾਂ ਲੱਗਦਾ ਦਵਾਈਆਂ ਦੇ ਵਿੱਚੋਂ ਨਿਕਲਣ ਨਾਲ ਤੇ ਉਸ ਨੂੰ ਸਮਾਂ ਵੀ ਜ਼ਿਆਦਾ ਲੱਗ ਜਾਂਦਾ ਠੀਕ ਹੋਣ ਵਾਸਤੇ ਪਰ ਜੇ ਸਹੀ ਸਮੇਂ ਤੇ ਇਸ ਦੀ ਪਛਾਣ ਕਰਕੇ ਮਦਦ ਲਈ ਜਾਵੇ ਤਾਂ ਇਸ ਤੇ ਜ਼ਰੂਰ ਕਾਬੂ ਪਾਇਆ ਜਾ ਸਕਦਾ ਬਿਲਕੁਲ ਜੀ ਡਾਕਟਰ ਸਾਹਿਬ ਇੱਕ ਸਾਡੇ ਪਿੰਡਾਂ ਦੇ ਨਾਲ ਕਾਉਂਸਲਿੰਗ ਕਾਉਂਸਲਿੰਗ ਦਾ ਹਾਇ ਤੇ ਵੀ ਨਹੀਂ ਪਤਾ ਵੀ ਹੋਣੀ ਕੀ ਚੀਜ਼ ਹੈ ਇਹ ਬਿਲਕੁਲ ਗੱਲਬਾਤ ਕਰਨਾ ਜਾਂ ਕੋ ਪ੍ਰੋਪਰ ਵੀ ਇਹ ਕਾਉਂਸਲਿੰਗ ਕਹਿੰਦੇ ਕਿਹਨੂੰ ਨੇ ਬੰਦਾ ਸਮੋਹਿਤ ਕਰਨੇ ਹੋ ਜਾਂ ਵੈਸੇ ਗੱਲਾਂ ਬਾਤਾਂ ਹੁੰਦੀਆਂ ਨੇ ਦੇਖੋ ਕਾਉਂਸਲਿੰਗ ਇੱਕ ਤਰ੍ਹਾਂ ਦੀ ਗੱਲਬਾਤ ਹੀ ਹੈ ਜੇ ਮੈਂ ਇਹਨੂੰ ਸੌਖੇ ਸਬਜ ਨਾਲ ਕਹਾ ਕਿ ਗੱਲਬਾਤ ਹੀ ਹੈ ਕਾਉਂਸਲਰ ਸਾਈਕੋਲੋਜਿਸਟ ਆ ਜਿਹੜਾ ਕਿ ਉਹ ਤੁਹਾਡੇ ਨਾਲ ਗੱਲ ਕਰਦਾ ਤੁਹਾਡੀ ਜਿਹੜੀ ਨੈਗੇਟਿਵ ਹੋਈ ਹੋਈ ਸੋਚ ਹੈ ਨੈਗੇਟਿਵਿਟੀ ਕਰਕੇ ਤੁਸੀਂ ਹੋਰ ਪਾਸੇ ਧਿਆਨ ਨਹੀਂ ਜਾ ਰਿਹਾ ਤੁਹਾਨੂੰ ਗੱਲ ਇਹ ਕਹਿ ਲਓ ਤੁਹਾਨੂੰ ਔੜਦੀ ਨਹੀਂ ਹੈਗੀ ਗੱਲ ਵੀ ਐਵੇਂ ਵੀ ਹੋ ਸਕਦਾ ਅਸੀਂ ਗੱਲਾਂ-ਬਾਤਾਂ ਨਾਲ ਬੰਦੇ ਨੂੰ ਇਸ ਲੈਵਲ ਤੇ ਉਸ ਨੂੰ ਸੋਚਣ ਦੀ ਇਹ ਕਹਿ ਲਓ ਕਿ ਟ੍ਰੇਨਿੰਗ ਦਿੰਨੇ ਆ ਤਾਂ ਕਿ ਉਹ ਖੁਦ ਹੀ ਸੋਚਦਾ ਵੀ ਹਾਂ ਵੀ ਮੈਂ ਤਾਂ ਇਹੀ ਸੋਚਦਾ ਸੀ ਹੈਗਾ ਹੱਲੇ ਹੋ ਸਕਦੀ ਹੈ ਹੱਲ ਇੱਕ ਤਰ੍ਹਾਂ ਦੀ ਇਹ ਗੱਲਬਾਤ ਆ ਇਹ ਗੱਲਬਾਤ ਬੰਦੇ ਦੀਆਂ ਸਮੱਸਿਆਵਾਂ ਦੇ ਅਸਲੀ ਕਾਰਨ ਵੀ ਕਿਉਂ ਮੈਂਵੇਂ ਫੀਲ ਕਰ ਰਹੇ ਹਾਂ ਉਹਦੇ ਕੀ ਯੋਗ ਹੱਲ ਨੇ ਉਹ ਸਾਰੀਆਂ ਚੀਜ਼ਾਂ ਨੂੰ ਸੋਚਣ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਔਰ ਇਸੇ ਨਾਲ ਬੰਦਾ ਸੋਚ ਲੈਂਦਾ ਵੀ ਹਾਂ ਇਹ ਤਾਂ ਸਹੀ ਗੱਲ ਹੈ ਤਾਂ ਹੋ ਸਕਦਾ ਹੱਲ ਔਰ ਉਹ ਬੰਦੇ ਨੂੰ ਸਮਝ ਆ ਜਾਂਦੀ ਹੈ ਕਿ ਇਸ ਨੂੰ ਇਹਦੇ ਸਮੱਸਿਆ ਚੋਂ ਨਿਕਲਿਆ ਜਾ ਸਕਦਾ ਓਕੇ ਓਕੇ ਡਾਕਟਰ ਸਾਹਿਬ ਕਈ ਲੋਕ ਫਿਰ ਨਸ਼ੇ ਵਾਲੇ ਪਾਸੇ ਵੀ ਚੱਲ ਪੈਂਦੇ ਨੇ ਤੁਹਾਨੂੰ ਪਤਾ ਹੋਣਾ ਕੋਈ ਉਹ ਸਹੀ ਗੱਲ ਹੈ ਵੀ ਉਹਦਾ ਕੋਈ ਮਤਲਬ ਕਿ ਜੇ ਕਈ ਬੰਦਾ ਕਹਿੰਦਾ ਵੀ ਮੈਂ ਯਾਰਾ ਦਾਰੂ ਪੀ ਲੰਨਾ ਨਾ ਬੰਦਾ ਇੱਕ ਤਰ੍ਹਾਂ ਦਾ ਵੀ ਹੁੰਦਾ ਵੀ ਕਿਉਂਕਿ ਬੰਦਾ ਦਿਲ ਨਹੀਂ ਲੱਗਦਾ ਕਹਿਣ ਤੋਂ ਬਾਅਦ ਖਾਸ ਕਰਕੇ ਬਾਹਰਲੇ ਮੁਲਕਾਂ 'ਚ ਬੰਦਾ ਮੈਨੂੰ ਇੱਕ ਮੁੰਡਾ ਮਿਲਿਆ ਸੀ ਉਹ ਕਹਿੰਦਾ ਮੈਂ ਤਾਂ ਪੈਗ ਲਾਉਣ ਲੱਗ ਗਿਆ ਤੇ ਕੋਈ ਇਲਾਜ ਤਾਂ ਹੈ ਨਹੀਂ ਹੈ ਨਾ ਬਿਲਕੁਲ ਵੀ ਕਾਉਂਸਲਿੰਗ ਇੱਕ ਚੰਗਾ ਰਾਹ ਹੋ ਸਕਦਾ ਦੇਖੋ ਕਾਉਂਸਲਿੰਗ ਸਭ ਤੋਂ ਬੈਸਟ ਇਸ ਕਰਕੇ ਮੰਨਿਆ ਜਾਂਦਾ ਕਿ ਕਿਹ ਜੇ ਸ਼ੁਰੂ ਚ ਕਾਉਂਸਲਿੰਗ ਦੀ ਸ਼ੁਰੂ ਆ ਜੇ ਤਾਂ ਇੱਕ ਤਾਂ ਅਸੀਂ ਅਨਨੈਸੈਸਰੀ ਦਵਾਈਆਂ ਤੋਂ ਬਚ ਸਕਦੇ ਹਾਂ ਓਕੇ ਜੀ ਨੰਬਰ 1 ਆ ਕਿ ਸਥਿਤੀ ਵਿਗੜਨ ਤੋਂ ਬਚਾਈ ਜਾ ਸਕਦੀ ਆ ਪਲੱਸ ਕਾਉਂਸਲਿੰਗ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਟ੍ਰੇਨਿੰਗ ਆ ਬੰਦਾ ਆਪਣੇ ਆਪ ਨੂੰ ਇੰਨਾ ਟ੍ਰੇਨ ਕਰ ਲੈਂਦਾ ਆਪਣਾ ਪੂਰਾ ਲਾਈਫ ਸਟਾਈਲ ਬਦਲ ਲੈਂਦਾ ਕਿ ਸਵੇਰੇ ਤੋਂ ਲੈ ਕੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਉਹ ਕੀ ਦਿਨ ਚ ਇਹ ਜੀਆਂ ਚੀਜ਼ਾਂ ਕਰੇ ਕਿਹੜੀਆਂ ਨਾ ਕਰੇ ਜਿਹੜੀਆਂ ਉਸ ਨੂੰ ਡਿਪਰੈਸ਼ਨ ਵਗੈਰਾ ਚੋਂ ਬਚਾਉਣ ਤੇ ਜਿਹੜੀਆਂ ਉਹਨੂੰ ਹੋਰ ਮਜ਼ਬੂਤ ਕਰਨੇ इमोਸ਼ਨਲੀ ਜਿਵੇਂ ਤੁਸੀਂ ਨਸ਼ੇ ਦਾ ਦੱਸਿਆ ਹੈ 노 ਡਾਊਟ ਨਸ਼ੇ ਇੱਕ ਉਹ ਪਦਾਰਥ ਇਸ ਤਰ੍ਹਾਂ ਦੇ ਨੇ ਕਿ ਉਹ ਉਸ ਦੀ ਕੰਪੋਜੀਸ਼ਨ ਇਹ ਹੈ ਜੀ ਕਿ ਜਿਹੜਾ ਬ੍ਰੇਨ ਦੇ ਵਿੱਚ ਜਾ ਕੇ ਕੁਝ ਨਿਊਰੋਕੈਮਿਕਲ ਚੇਂजेस ਕਰਦਾ ਜਿਹਦੇ ਨਾਲ ਸਾਨੂੰ ਟੈਂਪੋਰਰੀਲੀ ਕੁਝ ਆਰਾਮ ਜਾਂ ਸਕੂਨ ਮਿਲ ਸਕਦਾ ਪਰ ਉਹ ਲੰਬੇ ਸਮੇਂ ਲਈ ਹੋਰ ਵਿਗਾੜਨ ਦੀ ਸਥਿਤੀ ਨੂੰ ਕਿਉਂਕਿ ਜਿੰਨਾ ਤੱਕ ਤਾਂ ਜ਼ਰੂਰ ਹੈਗਾ ਠੀਕ ਹੈ ਪਰ ਜਦੋਂ ਉਤਰੂਗਾ ਫਿਰ ਫਿਰ ਤੁਹਾਨੂੰ ਦੁਬਾਰਾ ਉਸ ਚੀਜ਼ ਲਈ ਤਲਬ ਉੱਠੂਗੀ ਭਜੋਗੇ ਜਿਉਂ ਜਿਉਂ ਤੁਸੀਂ ਉਸ ਦਾ ਸੇਵਨ ਕਰਦੇ ਰਹੋਗੇ ਉਹਦੀ ਮਾਤਰਾ ਵਧਦੀ ਜਾਊਗੀ ਉਹੀ ਮਾਤਰਾ ਤੁਹਾਡੇ ਸਰੀਰ ਨੂੰ ਤੁਹਾਡੇ ਦਿਮਾਗ ਨੂੰ ਤੇ ਤੁਹਾਡੇ इमोशनल ਹੈਲਥ ਨੂੰ ਸਾਈਕੋਲੋਜੀ ਨੂੰ ਪੂਰੇ ਸਿਸਟਮ ਨੂੰ ਖਰਾਬ ਕਰਦੀ ਹੈ ਪਲੱਸ ਤੁਹਾਡੇ ਦਿਨ ਚ ਇਹ ਜੀ ਹੋ ਜਾਂਦੀ ਹੈ ਕਿ ਤੁਸੀਂ ਕਿਸੇ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ ਇਸ ਕਰਕੇ ਤੁਹਾਡਾ ਸੋਸ਼ਲ ਬਾਈਕਾਟ ਵੀ ਹੋਣਾ ਸ਼ੁਰੂ ਕਰ ਜਾਂਦਾ ਲੋਕੀ ਤੁਹਾਨੂੰ ਬੁਲਾਉਣਾ ਬੰਦ ਕਰ ਦਿੰਦੇ ਤੁਹਾਨੂੰ ਕੰਮ ਕਰਨਾ ਕੰਮ ਮਿਲਣਾ ਬੰਦ ਹੋ ਜਾਂਦਾ ਇਸ ਕਰਕੇ ਨਸ਼ਾ ਤਾਂ ਇੱਕ ਹੋਰ ਖਤਰੇ ਵੱਲ ਲੈ ਕੇ ਜਾਣ ਵਾਲੀ ਗੱਲ ਬਿਲਕੁਲ ਜੀ ਇੱਕ ਗੱਲ ਅੱਛਾ ਮੇਰੀ ਪਰਸਨਲ ਜਿਹੜੀ ਪ੍ਰੋਬਲਮ ਹੁੰਦੀ ਹੈ ਕਿ ਮੇਰੇ ਜਿਹੜੇ ਯਾਰ ਦੋਸਤ ਨੇ ਜਿੰਨੇ ਵੀ ਕਈਆਂ ਦੀ ਜਿਹਦੀ ਮਾਮਲੀ ਡੈਥ ਹੋ ਗਈ ਜਾਂ ਕਈਆਂ ਦੀ ਕਹਿੰਦੇ ਉਹਦੀ ਗਰਲਫ੍ਰੈਂਡ ਜਾਂ ਬாய்ਫ੍ਰੈਂਡ ਛੱਡ ਗਿਆ ਮੂਵ ਆ ਨਹੀਂ ਹੁੰਦੇ ਉਹ ਚੀਜ਼ ਤੋਂ ਕਈਆਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਂ ਦੇਖਦਾ ਰਹਿਣਾ ਵੀ ਬਿਲਕੁਲ 8-9 ਸਾਲ ਹੋ ਗਏ ਉਹੀ ਸੇਮ ਅੱਗੇ ਨਹੀਂ ਮੂਵ ਹੋ ਰਹੇ ਦਾ ਲਾਜ ਕੀ ਹੋ ਸਕਦਾ ਦੇਖੋ ਜਿਵੇਂ ਤੁਸੀਂ ਦੱਸਿਆ ਕਿ ਕੋਈ ਡੈਥ ਹੋ ਜਾਣਾ ਕੋਈ ਛੱਡ ਕੇ ਚਲਾ ਜਾਵੇ ਇਸ ਤੋਂ ਬਾਅਦ ਇੱਕ ਸੁਭਾਵਿਕ ਉਦਾਸੀ ਆਉਂਦੀ ਆ ਕਿਸੇ ਦਾ ਕੋਈ ਨੁਕਸਾਨ ਹੋ ਜਾਏ ਕੋਈ ਵੀ ਬੰਦਾ ਨੁਕਸਾਨ ਦੀ ਵਜ੍ਹਾ ਕਰਕੇ ਉਦਾਸ ਹੋਊਗਾ ਪਰ ਜੇ ਉਹ ਲੰਬੇ ਸਮੇਂ ਚੱਲਦਾ ਰਹੇ ਹਫਤਾ ਦੋ ਹਫਤੇ ਮਹੀਨੇ ਔਰ ਸਾਲਾਂ ਤੱਕ ਚੱਲਦਾ ਰਹੇ ਤਾਂ ਇਟ ਮੀਨਸ ਇਹ ਬਿਮਾਰੀ ਬਣ ਗਿਆ ਇਸ ਚੀਜ਼ ਤੋਂ ਨਿਕਲਣਾ ਚਾਹੀਦਾ ਇਹ ਡਿਪਰੈਸ਼ਨ ਵੱਲੋਂ ਜਾ ਰਿਹਾ ਇਸ ਦੇ ਨਿਕਲਣ ਦੇ ਕਾਰਨ ਇਹ ਨੇ ਕਿ ਤੁਸੀਂ ਥੋੜਾ ਜਿਹਾ ਇਨੀਸ਼ੀਏਟ ਕਰਕੇ ਦੋਸਤਾਂ ਮਿੱਤਰਾਂ ਨਾਲ ਗੱਲ ਕਰੋ ਮਨੋਰੰਜਨ ਵਾਲੀਆਂ ਚੀਜ਼ਾਂ ਦੇ ਵਿੱਚ ਭਾਗ ਲੈਣ ਦੀ ਕੋਸ਼ਿਸ਼ ਕਰੋ ਇਹੋ ਜਿਹੇ ਲੋਕਾਂ ਦੇ ਆਲੇ ਦੁਆਲੇ ਰਹੋ ਜਿਹੜੇ ਕਿ ਪੋਜ਼ਿਟਿਵ ਗੱਲਾਂ ਕਰਦੇ ਨੇ ਔਰ ਕੁਲ ਮੁਲਾਕੇ ਮੈਂ ਆਖਰੀ ਜੇ ਇੱਕ ਸ਼ਬਦ ਕਹੂੰਗਾ ਤਾਂ ਗੱਲ ਸਾਂਝੀ ਜਰੂਰ ਕਰੋ ਜੇ ਕੋਈ ਵੀ ਪਰੇਸ਼ਾਨੀ ਤੁਹਾਡੇ ਦਿਮਾਗ ਚੱਲ ਰਹੀ ਹੈ ਉਹਨੂੰ ਸ਼ੇਅਰ ਕਰੋ ਆਪਣੇ ਦੋਸਤ ਨਾਲ ਪਰਿਵਾਰ ਦੇ ਮੈਂਬਰ ਨਾਲ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਐ ਲੱਗਦਾ ਕਿ ਇਹ ਸਹੀ ਤਰੀਕੇ ਨਾਲ ਗੱਲ ਸੁਣੂਗਾ ਔਰ ਸੁਣ ਕੇ ਕੋਈ ਮਜ਼ਾਕ ਨਹੀਂ ਉਡਾਊਗਾ ਉਸ ਬੰਦੇ ਨਾਲ ਤੁਸੀਂ ਗੱਲ ਜਰੂਰ ਸਾਂਝੀ ਕਰੋ ਜੇ ਨਹੀਂ ਹੈਗਾ ਕੋਈ ਬੰਦਾ ਤਾਂ ਏਟਲੀਸਟ ਲਿਖਣਾ ਸ਼ੁਰੂ ਕਰੋ ਤੁਸੀਂ ਆਪਣੀ ਡਾਇ ਪੁਰਾਣੇ ਜ਼ਮਾਨੇ ਦੇ ਲੋਕ ਡਾਇਰੀਆਂ ਲਿਖਦੇ ਸੀ ਇੱਕ ਇੱਕ ਪੰਨੇ ਦੋ ਦੋ ਪੰਨੇ ਰੋਜ਼ ਲਿਖਦੇ ਸੀ ਤਾਂ ਤੁਸੀਂ ਆਪਣੀ ਵੈਂਟੀਲੇਸ਼ਨ ਕਰਨੀ ਆ ਕਿਉਂਕਿ ਆਪਾਂ ਇਹ ਸਾਡੇ ਕਹਾਵਤ ਵੀ ਆ ਕਿ ਅੱਧਾ ਦੁੱਖ ਤਾਂ ਦੱਸਣ ਤੇ ਘਟ ਜਾਂਦਾ ਆ ਇਹ ਬਿਲਕੁਲ ਸੱਚ ਆ ਜਦੋਂ ਵੀ ਆਪਾਂ ਗੱਲ ਸ਼ੇਅਰ ਕਰਦੇ ਆ ਤਾਂ ਬ੍ਰੇਨ ਦੇ ਵਿੱਚ ਕੁਝ ਖਾਸ ਤਰੀਕੇ ਦੀਆਂ ਕੈਮੀਕਲ ਚੇਂਜਸ ਹੁੰਦੀਆਂ ਨੇ ਜਿਹੜੀਆਂ ਕਿ ਥੋੜਾ ਸਾਨੂੰ ਲੌਜੀਕਲ ਬਣਾਉਂਦੀਆਂ ਨੇ ਜਿਹਦੀ ਵਜ੍ਹਾ ਕਰਕੇ ਸਾਡੇ ਦਿਮਾਗ 'ਚ ਤਰਕ ਆਉਂਦਾ ਅਸੀਂ ਕੁਝ ਲੌਜੀਕਲ ਸੋਚ ਸਕਦੇ ਆ ਜਿਹੜਾ ਕਿ ਪਹਿਲਾਂ ਡਿਪਰੈਸ਼ਨ ਦੀ ਵਜ੍ਹਾ ਕਰਕੇ ਬਲੌਕ ਪਿਆ ਸੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਅੱਜ ਕੱਲ ਸੋਡੇ ਕੋਲ ਜਿਆਦਾ ਪੇਸ਼ੈਂਟ ਕਿਹੜੇ ਆਉਂਦੇ ਨੇ ਮੇਰੀ ਉਮਰ ਦੇ ਆ ਦੇਖੋ ਤੁਹਾਡੀ ਉਮਰ ਦੇ ਜੇ ਮੈਂ ਗੱਲ ਕਰਾਂ ਕਿ ਜਿਆਦਾ ਜਿਹੜੇ ਇੰਡੀਆ ਚ ਲੋਕ ਨੇ ਉਹ ਜਿਆਦਾ ਐਂਗਜ਼ਾਇਟੀ ਦੇ ਆਉਂਦੇ ਨੇ ਓਕੇ ਐਂਗਜ਼ਾਇਟੀ ਤੋਂ ਭਾਵ ਉਹਨਾਂ ਨੂੰ ਇਹ ਲੱਗਦਾ ਕਿ ਕੀ ਬਣੂੰਗਾ ਭਵਿੱਖ ਚ ਕੀ ਹੋਊਗਾ ਇਸ ਤਰ੍ਹਾਂ ਹੋ ਜੂਗਾ ਜੇ ਐਵੇਂ ਹੋ ਗਿਆ ਮਤਲਬ ਆਉਣ ਵਾਲੇ ਸਮੇਂ ਨੂੰ ਲੈ ਕੇ ਅਨਸਰਟਿਨਿਟੀ ਆ ਇਨਸਿਕਿਉਰਿਟੀ ਆ ਫੀਅਰ ਆ ਡਰ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ ਘਬਰਾਹਟ ਲੈ ਕੇ ਆਉਂਦੇ ਨੇ ਲੋਕ ਜਿਹਦੀ ਵਜ੍ਹਾ ਕਰਕੇ ਉਹ ਕਿਸੇ ਨੂੰ ਮਿਲਣ ਤੋਂ ਡਰਦੇ ਨੇ ਕਿਤੇ ਜਾਨ ਨੂੰ ਡਰਦੇ ਨੇ ਕੋਈ ਗੱਲ ਸ਼ੁਰੂਆਤ ਕਰਨ ਤੋਂ ਡਰਦੇ ਨੇ ਉਹਨਾਂ ਨੂੰ ਲੱਗਦਾ ਕਿ ਸਮਥਿੰਗ ਬੈਡ ਮਾਈਟ ਹੈਪਨ ਕੁਝ ਬੁਰਾ ਨਾ ਹੋ ਜਾਈ ਬਿਲਕੁਲ ਉਹ ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੌਜਵਾਨਾਂ ਦੇ ਚ ਐਂਗਜ਼ਾਈਟੀ ਆ ਰਹੀ ਹੈ ਐਂਗਜ਼ਾਈਟੀ ਨਾਲ ਰਿਲੇਟਡ ਬੇਤੁਕੇ ਡਰ ਨੇ ਫੀਅਰ ਨੇ ਕੁਝ ਓਬਸੈਸ਼ਨਸ ਨੇ ਕੁਝ ਚੀਜ਼ਾਂ ਬਾਰ-ਬਾਰ ਕਰੀ ਜਾਂਦੇ ਨੇ ਓਵਰ ਥਿੰਕਿੰਗ ਨੇ ਔਰ ਜਾਂ ਤੁਸੀਂ ਕਹਿ ਲੋ ਕਿ ਜਿਹੜੇ ਬਹੁਤ ਫਾਲਟੀ ਲਾਈਫ ਸਟਾਈਲ ਦੇ ਕੇਸਿਸ ਬਹੁਤ ਆਉਂਦੇ ਨੇ ਜਿਵੇਂ ਸਵੇਰੇ ਤੱਕ 2-3 ਵਜੇ ਤੱਕ ਮੋਬਾਈਲ ਯੂਜ਼ ਕਰਨਾ ਇੰਸਟਾਗ੍ਰਾਮ ਸਨੈਪਚੈਟ ਤੇ ਲੱਗੇ ਰਹਿਣਾ ਸਟੋਰੀਜ਼ ਦੇਖੀ ਜਾਣਾ ਜਾਂ ਗੱਲਾਂ ਕਰੀ ਜਾਣੀਆਂ ਫਿਰ ਉਸ ਦੀ وجہ ਕਰਕੇ ਪੂਰਾ ਦਿਨ ਖਰਾਬ ਰਹਿਣਾ ਨਾ ਉੱਠਣਾ ਫਿਰ ਉਹ ਜੇ ਲੋਕਾਂ ਨੂੰ ਪਰਿਵਾਰ ਲੈ ਕੇ ਆਉਂਦੇ ਨੇ ਕਿ ਇਹ ਲੇਟ ਉੱਠਦੇ ਨੇ ਜੀ ਰਾਤ ਨੂੰ ਫੋਨ ਤੇ ਲੱਗੇ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੌਜਵਾਨਾਂ 'ਚ ਜ਼ਿਆਦਾ ਆ ਰਹੀਆਂ ਨੇ ਓਕੇ ਓਕੇ ਡਾਕਟਰ ਸਾਹਿਬ ਜੀ ਸੁਣ ਹੁਣ ਮੇਰੇ ਮੇਰੀ ਆਡੀਅנס ਸਾਰੀ ਬਾਹਰ ਲਈ ਹੈ ਯੂ ਐਸ ਏ ਤੋਂ ਵੀ ਬਹੁਤ ਲੋਕ ਦੇਖਦੇ ਨੇ ਆਪਾਂ ਨੂੰ ਜੀ ਉਹਨਾਂ ਨੇ ਜੇ ਆਵਦਾ ਇਲਾਜ ਕਰਾਉਣਾ ਹੋਵੇ ਕੀ ਕਰਨ ਉਥੇ ਲੋਕਲ ਜਾਣ ਜਾਂ ਸਟੂਡੇਟ ਤੱਕ ਅਪਰੋਚ ਕਰ ਸਕਦੇ ਨੇ ਉਹ ਬਿਲਕੁਲ ਕਰ ਸਕਦੇ ਨੇ ਸਾਡੇ ਬਹੁਤ ਪੰਜਾਬੀ ਸਟੂਡੈਂਟਸ ਨੇ ਜਿਹੜੇ ਕਿ ਕੈਨੇਡਾ ਯੂ ਐਸ ਇੰਗਲੈਂਡ ਤੋਂ ਅਕਸਰ ਸਾਡੇ ਨਾਲ ਇਨ ਟੱਚ ਨੇ ਫੋਨ ਤੇ ਅਸੀਂ ਵੀਡੀਓ ਕਾਲ ਤੇ ਕਾਉਂਸਲਿੰਗ ਪ੍ਰੋਵਾਈਡ ਕਰਦੇ ਆ ਮੇਰੇ ਤੋਂ ਇਲਾਵਾ ਸਾਡੀ ਟੀਮ ਆ ਪੂਰੀ ਤੇ ਸਾਰੇ ਪ੍ਰੋਫੈਸ਼ਨਲੀ ਟ੍ਰੇਨਡ ਤੇ ਲਾਇਸੈਂਸ ਸਾਈਕੋਲੋਜਿਸਟ ਨੇ ਜਿਹੜੇ ਕਿ ਕਾਉਂਸਲਿੰਗ ਦੇ ਸਕਦੇ ਨੇ ਜੇ ਉਥੇ ਵੀ ਤੁਹਾਨੂੰ ਕੋਈ ਯੋਗ ਪ੍ਰੋਫੈਸ਼ਨਲ ਮਿਲਦਾ ਤਾਂ ਜਰੂਰ ਕਾਉਂਸਲਿੰਗ ਲੈਣੀ ਚਾਹੀਦੀ ਆ ਸਾਡਾ ਵੀ ਤੁਸੀਂ ਕੰਟੈਕਟ ਡਿਟੇਲ ਦੇ ਸਕਦੇ ਹੋ ਜੀ ਮੈਂ ਸਭ ਦੇਵਾਂਗਾ ਜੀ ਸਭ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਵੀ ਅਸੀਂ ਉਹਨਾਂ ਨਾਲ ਕਾਉਂਸਲਿੰਗ ਆਨਲਾਈਨ ਵੀਡੀਓ ਕਾਲ ਜ਼ੂਮ ਜਾਂ ਸਕਾਈਪ ਦੇ ਉੱਤੇ ਫੇਸਟਾਈਮ ਦੇ ਉੱਤੇ ਸਾਡੇ ਸੈਸ਼ਨ ਅਕਸਰ ਉਹਨਾਂ ਦੇ ਟਾਈਮ ਦੇ ਹਿਸਾਬ ਨਾਲ ਚੱਲਦੇ ਰਹਿੰਦੇ ਨੇ ਬੜੇ ਸਟੂਡੈਂਟ ਨੇ ਜਿਹੜੇ ਕੀ ਸਾਡੇ ਤੋਂ ਮਦਦ ਲਈ ਕਾਲ ਕਰਦੇ ਨੇ ਓਕੇ ਬਿਲਕੁਲ ਸੋ ਇਹ ਸਮਝ ਜੀ ਡਾਕਟਰ ਤਲੋਚਨ ਸਿੰਘ ਜੀ ਜੇ ਆਪਾਂ ਕੱਲੇ ਕੱਲੇ ਟਾਪਿਕ ਤੇ ਗੱਲਬਾਤ ਕਰੀਏ ਦਸਹੀ ਰੋਗ ਜਾਂ ਹੋਰ ਬਹੁਤ ਬਿਮਾਰੀਆਂ ਨੇ ਕਈ ਵੇਲੇ ਹੁਣ ਆਪਣੇ ਆਪਣੇ ਬਹੁਤ ਬਿਮਾਰੀਆਂ ਨੂੰ ਆਪਣੇ ਅੰਧਵਿਸ਼ਵਾਸਾਂ ਨਾਲ ਵੀ ਜੋੜ ਦਿੱਤਾ ਜਾਂਦਾ ਸੋ ਬਹੁਤ ਲੰਬੀ ਵੀਡੀਓ ਬਣ ਜੂਗੀ ਜੇ ਤੁਸੀਂ ਆਪਣਾ ਲਾਜ ਤੁਹਾਨੂੰ ਲੱਗ ਰਿਹਾ ਵੀ ਦਵਾਈਆਂ ਨਾਲ ਜਾਂ ਹੋਰ ਤੁਹਾਨੂੰ ਸਮਝ ਨਹੀਂ ਆ ਰਹੀ ਤਾਂ ਲੁਧਿਆਣੇ ਨੇ ਆਪਣੇ ਮੈਂ ਐਡਰੈਸ ਵਗੈਰਾ ਸਾਰਾ ਡਾਕਟਰ ਸਾਹਿਬ ਦਾ A to Z ਸਾਰਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਦੂੰਗਾ ਜਿਹੜੇ ਮੇਰੇ ਬਾਹਰਲੇ ਵੀਰ ਨੇ ਟਰੱਕਾਂ ਵਾਲੇ ਜਾਂ ਹੋਰ ਮੇਰੇ ਸਾਰੀ ਆਡੀਅנס ਸਟੂਡੈਂਟਸ ਜੁੜੀ ਹੈ ਬਹੁਤ ਪਿੱਛੇ ਸੁਸਾਇਡ ਹੋ ਗ ਡਾਕਟਰ ਸਾਹਿਬ ਨੂੰ ਕਾਲ ਕਰੋ ਸਲਾਹ ਲਓ ਆਪਦਾ ਕਾਉਂਸਲਿੰਗ ਕਰਵਾਓ ਇਹ ਇੱਕ ਹਾਲਾ ਸੋ ਧੰਨਵਾਦ ਕਰਦੇ ਆਂ ਡਾਕਟਰ ਸਾਹਿਬ ਦਾ ਸ਼ੁਕਰੀਆ ਜੀ ਧੰਨਵਾਦ ਜੀ